ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਜੈਦੀਪ ਸਿੰਘ, ਮੈਂ ਫਿਰੋਜ਼ਪੁਰ ਦਾ ਰਹਿਣ ਵਾਲਾ ਹਾਂ। ਮੇਰਾ ਅੱਜ ਤੋਂ ਕੋਈ 7-8 ਮਹੀਨੇ ਪਹਿਲਾਂ ਵੇਟ ਸੀਗਾ, ਮੇਰਾ 175 ਕਿਲੋ ਸੀਗਾ ਵੇਟ, ਅਤੇ ਬਹੁਤ ਪ੍ਰੋਬਲਮ ਆਉਂਦੀਆਂ ਸੀਗੀਆਂ ਵੀ ਜਿੱਦਾਂ ਮੈਂ 2-3 ਕਦਮ ਹੀ ਤੁਰਦਾ ਸੀਗਾ ਤਾਂ ਮੈਨੂੰ ਸਾਹ ਚੜ੍ਹ ਜਾਂਦਾ ਸੀਗਾ, ਭੱਜਣ ਦੀ ਗੱਲ ਤਾਂ ਦੂਰ ਹੀ, ਮੇਰੇ ਤੋਂ ਤੁਰਿਆ ਵੀ ਨਹੀਂ ਜਾਂਦਾ ਸੀਗਾ, ਇੰਨੀ ਪ੍ਰੋਬਲਮ ਸੀਗੀ। ਅਤੇ ਮੈਨੂੰ ਕਿਸੇ ਮੇਰੇ ਰਿਲੇਟਿਵ ਨੇ ਕਰਾਇਆ ਸੀਗਾ ਅਪਰੇਟ, ਉਹਨਾਂ ਨੇ ਪਾਸੋਂ ਕਰਵਾਇਆ ਸੀ, ਉਹਨਾਂ ਨੂੰ ਪ੍ਰੋਬਲਮ ਆਈਆਂ ਥੋੜ੍ਹੀ ਮੋਟੀ, ਉਹਨਾਂ ਨੇ ਫਿਰ ਡਾਕਟਰ ਅਮਿਤ ਸੂਦ ਨਾਲ ਕੰਟੈਕਟ ਕੀਤਾ ਅਤੇ ਇਹਨਾਂ ਨਾਲ ਦਵਾਈ ਦਵੂਈ ਲਈ ਅਤੇ ਇਹਨਾਂ ਤੋਂ ਸਹੀ ਹੋ ਗਏ। ਉਹਨਾਂ ਨੇ ਮੈਨੂੰ ਦੱਸਿਆ ਅਤੇ ਮੈਂ ਡਾਕਟਰ ਸਾਹਿਬ ਕੋਲ ਆਇਆ ਅਤੇ ਡਾਕਟਰ ਸਾਹਿਬ ਤੋਂ ਪੁੱਛਿਆ ਵੀ ਅਪਰੇਟ ਬਾਰੇ ਕੀ ਪ੍ਰੋਸੈਸ, ਇਹਨਾਂ ਨੇ ਮੈਨੂੰ ਦੱਸਿਆ ਸਾਰਾ। ਅਤੇ ਮੈਂ ਵੈਸੇ ਅਪਰੇਟ ਤੋਂ ਡਰਦਾ ਬਹੁਤ ਸੀਗਾ, ਅਤੇ ਡਾਕਟਰ ਸਾਹਿਬ ਨੇ ਮੈਨੂੰ ਕਿਹਾ ਵੀ ਤੂੰ ਡਰਨਾ, ਅਸੀਂ ਤੇਰੇ ਨਾਲ ਆ। ਅਤੇ ਮੈਂ ਜੀ ਅਪਰੇਟ ਕਰਾਇਆ ਅੱਜ ਤੋਂ 7 ਮਹੀਨੇ ਪਹਿਲਾਂ, 175 ਕਿਲੋ ਵੇਟ 'ਤੇ ਮੈਂ ਅਪਰੇਟ ਕਰਵਾਇਆ ਜੀ। ਉਸ ਤੋਂ ਬਾਅਦ 3 ਦਿਨਾਂ ਬਾਅਦ ਮੈਨੂੰ ਇਹਨਾਂ ਨੇ ਇੱਥੇ ਹੋਸਪਿਟਲ ਰੱਖਿਆ। 3 ਦਿਨ ਬਾਅਦ ਖਾਣ ਪੀਣ ਬਿਸਕੁਟ ਟਰਾਈ ਕੀਤਾ, ਚਾਹ ਕੀਤੀ, ਵਧੀਆ ਰੈਗੂਲਰ ਹੌਲੀ ਹੌਲੀ ਖਾਂਦਾ ਰਿਹਾ ਅਤੇ ਮੈਂ ਕਰਵਾ ਕੇ ਘਰ ਜਾ ਵੜਾਈ। ਅਤੇ ਮਹੀਨੇ ਡੇਢ ਮਹੀਨੇ 'ਚ ਮੈਨੂੰ ਤਾਂ ਪਤਾ ਨਹੀਂ ਲੱਗਿਆ ਵੀ ਆਪਰੇਸ਼ਨ ਹੋਇਆ ਕਿ ਨਹੀਂ ਹੋਇਆ, ਪਹਿਲਾਂ ਡਰ ਸੀਗਾ ਪਰ ਪਤਾ ਨਹੀਂ ਲੱਗਣ ਦਿੱਤਾ। ਇਹਨਾਂ ਨੇ ਇੰਨਾ ਵਧੀਆ ਸਟਾਫ ਸੀਗਾ, ਇਹਨਾਂ ਦਾ ਸਾਰਾ ਕੁਛ ਵਧੀਆ ਸੀਗਾ, ਅਤੇ ਇਸ ਕਰਕੇ ਫਿਰ ਮੈਂ ਘਰ ਗਿਆ। ਅਤੇ ਹੁਣ ਮੈਂ 7 ਮਹੀਨੇ ਬਾਅਦ ਵਾਪਸ ਡਾਕਟਰ ਸਾਹਿਬ ਕੋਲ ਆਇਆ ਅਤੇ ਮੇਰਾ ਵੇਟ 50 ਕਿਲੋ ਘੱਟ ਗਿਆ, ਤਕਰੀਬਨ ਵੀ 1 ਕੁਇੰਟਲ 26 ਕਿਲੋ ਰਹਿ ਗਿਆ, 175 ਸੀਗਾ ਅਤੇ 126 ਰਹਿ ਗਿਆ ਜੀ। ਬਾਕੀ ਦੋਸਤੋ, ਮੇਰਾ ਵੀਡੀਓ ਬਣਾਉਣ ਦਾ ਇਹੀ ਮਕਸਦ ਆ ਵੀ ਜਿਹੜੀ ਯੰਗ ਜਨਰੇਸ਼ਨ ਹੈਗੀ ਆ, ਜਿਹਨੂੰ ਬਹੁਤ ਮੋਟਾਪਾ ਹੋ ਰਿਹਾ, ਜਿਹਨੂੰ ਵੀ ਡਰ ਰਹੇ ਨੇ, ਉਹ ਡਰਨ ਨਾ, ਡਾਕਟਰ ਸਾਹਿਬ ਨੂੰ ਕੰਟੈਕਟ ਕਰਨ। ਇੱਥੇ ਮੈਨੂੰ ਵੀ ਡਰ ਲੱਗਦਾ ਸੀਗਾ ਵੀ ਟੀਕਾ ਲਾਉਣਗੇ ਟੂਈ 'ਚ ਜਾਂ ਪਤਾ ਨਹੀਂ ਚੀਰ ਫੜ ਕਿੰਨੀ ਕੁ ਕਰਨਗੇ, ਕੋਈ ਚੀਰ ਫੜ ਨਹੀਂ ਹੋਣੀਗੀ, ਬੇਹੋਸ਼ੀ ਦਾ ਟੀਕਾ ਲੱਗਣਾ, ਕੋਈ ਟੂਈ 'ਚ ਟੀਕਾ ਨਹੀਂ ਲੱਗਣਾ, ਬੋਤਲ 'ਚ ਟੀਕਾ ਲੱਗਣਾ, ਤੁਹਾਨੂੰ ਕੋਈ ਪਤਾ ਨਹੀਂ ਲੱਗਣਾ ਗਾ। ਮੈਂ ਤਾਂ ਇਹੀ ਕਹਿੰਦਾ ਵੀ ਡਰੋ ਨਾ, ਆਓ ਅਤੇ ਆਪਦਾ ਅਪਰੇਟ ਕਰਵਾਓ। ਥੈਂਕ ਯੂ।